ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਭਾਰਤੀ ਕਰਿਕਟਰ ਹਰਸ਼ਦੀਪ ਸਿੰਘ ਦੇ ਹੱਕ ਚੋਂ ਨਤਰੇ ਰਣਜੀਤ ਬਾਵਾ ਪਾਕਿਸਤਾਨ ਦੇ ਹੱਥੋਂ ਮੈਚ ਹਾਰਨ ਦੇ ਮਗਰੋਂ ਹੋ ਰਿਹਾ ਸੀ ਵਿਰੋਧ ਬੀਤੇ ਦਿਨੀ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਕ੍ਰਿਕਟ ਮੈਚ ਸੀ ਇਹ ਮੈਚ ਪਾਕਿਸਤਾਨ ਨੇ 5 ਵਿਕਟਾਂ ਦੇ ਨਾਲ ਜਿੱਤ ਲਿਆ ਮੈਚ ਹਾਰਨ ਤੋਂ ਮਗਰੋਂ ਭਾਰਤੀ ਕ੍ਰਿਕਟਰ ਹਰਸ਼ਦੀਪ ਸਿੰਘ ਦਾ ਟਵਿੱਟਰ ਤੇ ਵਿਰੋਧ ਨਜ਼ਰ ਆ ਰਿਹਾ ਹੈ ਕੁਝ ਲੋਕ ਤਾਂ ਅਰਸ਼ਦੀਪ ਨੂੰ ਖਾਲਸਤਾਨੀ ਵੀ ਦੱਸ ਰਹੇ ਨੇ ਉੱਥੇ ਬਹੁਤ ਸਾਰੇ ਲੋਕ ਅਰਸ਼ਦੀਪ ਦਾ ਸਮਰਥਨ ਕਰ ਰਹੇ ਨੇ ਉਸ ਵੱਲੋਂ ਕਰਵਾਇਆ ਆਖਰੀ ਓਵਰ ਦਾ ਜ਼ਿਕਰ ਕੀਤਾ ਗਿਆ ਜੀ ਅਰਸ਼ਦੀਪ ਦਾ ਵਿਰੋਧ ਉਸ ਵੱਲੋਂ ਕੈਚ ਛਡਣ ਕਾਰਨ ਹੋ ਰਿਹਾ ਹਾਲਾਂਕਿ ਹੁਣ ਵਿਰੋਧ ਵਿਚਾਲੇ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਅਰਸ਼ਦੀਪ ਦੇ ਹੱਕ ਚ ਪੋਸਟ ਸਾਂਝੀ ਕੀਤੀ ਉਹਨਾਂ ਨੇ ਲਿਖਿਆ ਕਿ ਉਸ ਨੂੰ ਗਾਲਾਂ ਨਾ ਕੱਢੋ ਬਹੁਤ ਵੱਡਿਆ ਖੇਡਾ ਹਰਜਤ ਬਣੀਆਂ ਤੇ ਇਹ ਚੱਲਦਾ ਰਹਿੰਦਾ ਹੈ ਪੰਜਾਬ ਸਰਕਾਰ ਦੇ 25000 ਠੇਕਾ ਮੁਲਾਜ਼ਮ ਹੋਣਗੇ ਰੈਗੂਲਰ 10 ਸਾਲ ਸੇਵਾ ਪੂਰੀ ਕਰਨ ਦੀ ਰੱਖੀ ਸ਼ਰਤ 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ 25000 ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਰੈਗੂਲਰ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਪੰਜਾਬ ਮੰਤਰੀ ਮੰਡਲ ਨੇ ਸੋਮਵਾਰ ਨੂੰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਰਿਪੋਰਟ ਨੂੰ ਪ੍ਰਵਾਨਗੀ ਦਿੱਤੀ ਆ ਠੇਕਾ ਮੁਲਾਜ਼ਮਾਂ ਦਾ ਪਹਿਲਾ ਗਰੁੱਪ ਸਿੱਖਿਆ ਵਿਭਾਗ ਤੋਂ ਰੈਗੂਲਰ ਕੀਤਾ ਜਾਵੇਗਾ ਜਿੱਥੇ ਸਿੱਖਿਆ ਵਿਭਾਗ ਵਿੱਚ ਠੇਕੇ ਤੇ ਕੰਮ ਕਰਦੇ 8000 ਮੁਲਾਜ਼ਮਾਂ ਨੂੰ ਲਾਭ ਮਿਲੇਗਾ ਉੱਥੇ ਹੀ ਸਿਹਤ ਵਿਭਾਗ ਦੇ ਵਿੱਚ 6000 ਹੋਰ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ ਟਰਾਂਸਪੋਰਟ ਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਰੈਗੂਲਰ ਕੀਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੀ ਪਿਛਲੀ ਨੀਤੀ ਦੇ ਅਨੁਸਾਰ ਪਹਿਲੇ 3 ਸਾਲ ਦੀ ਸੇਵਾ ਨੂੰ ਪੂਰੀ ਮੂਲ ਤਨਖਾਹ ਦਿੱਤੀ ਜਾਵੇਗੀ ਉੱਚ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਇਹ ਨੀਤੀ ਇੱਕ ਵਾਰ ਦੀ ਨੀਤੀ ਹੋਵੇਗਾ ਇਸ ਦਾ ਮਤਲਬ ਹੈ ਸਿਰਫ 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆਂ ਨੂੰ ਹੀ ਰੈਗੂਲਰ ਕੀਤਾ ਜਾਵੇਗਾ ਹਰੇਕ ਵਿਭਾਗ ਆਪਣੇ ਠੇਕੇ ਤੇ ਰੱਖੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਵੱਖਰੀ ਨੀਤੀ ਲਿਆਵੇਗਾ ਇੱਕ ਵੱਖਰਾ ਵਿਸ਼ੇਸ਼ ਏਡਰ ਹੋਵੇਗਾ ਦੋਸਤੋ ਤੁਸੀਂ ਇਸ ਸਕੀਮ ਦੇ ਨਾਲ ਸਹਿਮਤ ਹੋ ਜਾਂ ਨਹੀਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਜਾਂ ਨੋ ਲਿਖ ਸਕਦੇ ਹੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਵਾਇਰਲ ਵੀਡੀਓ ਰੇਲਵੇ ਟਰੈਕ ਤੇ ਰੀਲ ਬਣਾਉਣ ਦੇ ਚੱਕਰ ਚ ਮੌਤ ਝੁਗਿਆ 17 ਸਾਲਾ ਨੌਜਵਾਨ ਅੱਜ ਕੱਲ ਦੇ ਨੌਜਵਾਨ ਸੋਸ਼ਲ ਮੀਡੀਆ ਦੀ ਦੁਨੀਆ ਤੇ ਇੰਨਾ ਰੁੱਝ ਗਏ ਨੇ ਅਸਲ ਜ਼ਿੰਦਗੀ ਨੂੰ ਬਹੁਤ ਹੱਦ ਤੱਕ ਨਜ਼ਰ ਅੰਦਾਜ਼ ਕਰਦੇ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਨ ਲਈ ਨੌਜਵਾਨ ਖਤਰਨਾਕ ਥਾਵਾਂ ਤੇ ਵੀਡੀਓ ਬਣਾਉਂਦੇ ਨੇ ਪਰ ਅਸਲ ਜ਼ਿੰਦਗੀ ਦੇ ਖਤਰਿਆਂ ਨੂੰ ਜ਼ਰੂਰ ਭੁੱਲ ਜਾਂਦੇ ਨੇ ਜਿਸ ਤੱਕ ਮਿਆਜ਼ਾਬਾਦ ਵਿੱਚ ਭੁਗਤਣਾ ਪੈਂਦਾ ਜੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਰੀਲ ਬਣਾਉਣ ਦੇ ਚੱਕਰ 'ਚ ਇੱਕ ਨੌਜਵਾਨ ਨੇ ਆਪਣੀ ਜ਼ਿੰਦਗੀ ਖਤਰੇ 'ਚ ਪਾ ਲਈਆ ਤੇ ਉਸ ਦੀ ਮੌਤ ਹੋ ਗਈ ਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 2024 ਤੱਕ ਬੰਦ ਹੋਣਗੇ ਪੰਜਾਬ ਦੇ 10 ਟੋਲ ਪਲਾਜ਼ੇ 70% ਤੋਂ ਵੱਧ ਸਟੇਟ ਹਾਈਵੇ ਹੋਣਗੇ ਟੋਲ ਮੁਕਤ ਲੋਕਾਂ ਨੂੰ ਵੱਡੀ ਰਾਹਤ ਦਿੰਦਿਆ ਭਗਵੰਤ ਮਾਨ ਨੇ ਸੰਗਰੂਰ ਲੁਧਿਆਣਾ ਰੋਡ ਤੇ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਪ੍ਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ ਪੰਜਾਬ ਥਾਵਾਂ ਤੋਂ ਪੰਜਾਬ ਤੋਂ ਵੱਧ ਥਾਵਾਂ ਤੇ ਟੋਲ ਕਾਦਰ ਨੂੰ ਅਦਾ ਕਰਨ ਵਾਲੇ ਸੂਬੇ ਦੇ ਲੋਕਾਂ ਦੀ ਰਾਹਤ ਦੀ ਖਬਰ ਹੈ ਇਸ ਸਾਲ ਦੇ ਇਸ ਸਾਲ ਪੰਜਾਬ ਦੇ ਦੋ ਹੋਰ ਰਾਜਮਾਰਗਾਂ ਤੋਂ ਇੱਕ ਸਟੇਟ ਹਾਈ ਲੈਵਲ ਪੁਲ ਤੇ ਟੋਲ ਟੈਕਸ ਬੰਦ ਕਰ ਦਿੱਤਾ ਜਾਵੇਗਾ ਅਗਲੇ ਸਾਲ ਪੰਜ ਹੋਰ ਰਾਜਮਾਰਗਾਂ ਤੋਂ ਟੋਲ ਟੈਕਸ ਖਤਮ ਕਰ ਦਿੱਤਾ ਜਾਵੇਗਾ 2024 ਚ ਵੀ ਦੋ ਟੋਲ ਪਲਾਜ਼ਾ ਨੂੰ ਬੰਦ ਕੀਤਾ ਜਾਵੇਗਾ 2024 ਤੱਕ ਪੰਜਾਬ ਦੇ 70 ਫੀਸਦੀ ਤੋਂ ਵੱਧ ਰਾਜ ਟੋਲ ਮਾਰਗ ਮੁਕਤ ਹੋ ਜਾਣਗੇ ਪੰਜਾਬ ਸਰਕਾਰ ਨੇ ਸਾਰੇ ਟੋਲਾਂ ਦੇ ਟੈਕਸ ਵਸੂਲਣ ਵਾਲੀਆਂ ਕੰਪਨੀਆਂ ਦੀ ਮੰਗ ਨੂੰ 1 ਤੋਂ 2 ਸਾਲ ਦਾ ਵਾਧੂ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। 23 ਅਕਤੂਬਰ ਤੋਂ ਪਟਿਆਲਾ ਸਮਾਣਾ ਪਾਤਲਾ 14 ਦਸੰਬਰ ਤੋਂ ਹਸ਼ਿਆਰਪੁਰ ਟਾਂਡਾ ਰੋਡ ਤੋਂ ਟੋਲ ਟੈਕਸ ਬੰਦ ਕਰ ਦਿੱਤਾ ਜਾਵੇਗਾ। 31 ਦਸੰਬਰ 2022 ਦੀ ਰਾਤ ਤੋਂ ਮਖੂ ਦੇ ਪੁਲ ਤੋਂ ਟੈਲ ਟੈਕਸ ਦੀ ਵਸੂਲੀ ਜਿਹੜੀ ਟੋਲ ਟੈਕਸ ਦੀ ਵਸੂਲੀ ਬੰਦ ਕਰ ਦਿੱਤੀ ਜਾਵੇਗੀ। ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਭਾਰਤੀ ਖਿਡਾਰੀ ਅਰਸ਼ਦੀਪ ਨੂੰ ਖਾਲਸਤਾਨੀ ਤੇ ਗਦਾਰ ਕਹਿਣ ਤੇ ਪੜ ਕੇ ਖੇਡ ਮੰਤਰੀ ਮੀਤ ਹੇਰ ਬੋਲੇ ਖੇਡਾਂ ਚ ਕੋਈ ਨਫ਼ਰਤ ਦੀ ਥਾਂ ਨਹੀਂ ਏਸ਼ੀਆ ਕੱਪ 2022 ਚ ਭਾਰਤ ਦੀ ਪਾਕਿਸਤਾਨ ਤੋਂ ਹਾਰ ਮਗਰੋਂ ਪੰਜਾਬੀ ਖਿਡਾਰੀ ਅਰਸ਼ਦੀਪ ਸਿੰਘ ਟਰੋਲ ਹੋ ਰਿਹਾ ਜੀ ਮੈਚ ਦੇ ਆਖਰੀ ਦੌਰ ਵਿੱਚ ਅਰਸ਼ਦੀਪ ਨੇ 18ਵੇਂ ਓਵਰ ਦੇ ਵਿੱਚ ਆਸਫ ਅਲੀ ਦਾ ਕੈਚ ਛੱਡ ਦਿੱਤਾ ਇਸ ਤੋਂ ਬਾਅਦ ਅਰਸ਼ਦੀਪ ਟਵਿੱਟਰ ਤੇ ਕਾਫੀ ਟ੍ਰੋਲ ਹੋਣ ਲੱਗੇ ਕੁਝ ਟਵਿੱਟਰ ਅਕਾਊਂਟਸ ਨੇ ਉਹਨਾਂ ਨੂੰ ਖਾਲਸਤਾਨੀ ਕਿਹਾ ਇਹਨਾਂ ਨੇ ਉਹ ਦੇਸ਼ ਦਾ ਗद्दार ਕਹਿ ਕੇ ਖੇਡ ਤੋਂ ਬਾਹਰ ਕਰਨ ਦੇ ਲਈ ਕਿਹਾ ਇਹੇ ਵੇਖ ਕੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤਹੇਰ ਅਰਸ਼ਦੀਪ ਦੇ ਹੱਕ ਚ ਡੱਟ ਗਏ ਮੀਤਹੇਰ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਉੱਪਰ ਦੇ ਸਟਾਰੇ ਬਾਰੇ ਗਲਤ ਕਿਹਾ ਜਾ ਰਿਹਾ ਜੇ ਅਰਸ਼ਦੀਪ ਨੇ ਚੰਗੀ ਗੇਟਬਾਜ਼ੀ ਕੀਤੀ ਖੇਡਾਂ ਵਿੱਚ ਕੋਈ ਦਿਨ ਚੰਗਾ ਤੇ ਕੋਈ ਦਿਨ ਮਾੜਾ ਪ੍ਰਦਰਸ਼ਨ ਹੁੰਦਾ ਉਹਨਾਂ ਨੇ ਕਿਹਾ ਜੀ ਅਸੀਂ ਉਸਦੇ ਨਾਲ ਉਸਦੇ ਨਾਲ ਫੋਨ ਤੇ ਗੱਲ ਕਰਾਂਗੇ ਅਰਸ਼ ਤੇ ਵਾਪਸ ਆਉਣ ਤੇ ਮੈਂ ਉਸ ਨੂੰ ਮਿਲਾਂਗਾ ਸਾਬਕਾ ਮੰਤਰੀ ਧਰਮ ਸਾਧੂ ਸਿੰਘ ਧਰਮਸੋਤ ਤੇ ਦਲਜੀਤ ਗਿਲਜੀਆ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਾਬਕਾ ਮੰਤਰੀ ਦੇ ਪਤੀਜੇ ਦਲਜੀਤ ਸਿੰਘ ਗਿਲਜੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਦੱਸਦੀ ਹੈ ਸਾਧੂ ਸਿੰਘ ਧਰਮਸੋਤ ਉੱਤੇ ਜੰਗਲਾਤ ਮੰਤਰੀ ਹੁੰਦਿਆਂ ਦਰਖਤਾਂ ਕੱਟਣ ਦੇ ਮਾਮਲੇ ਵਿੱਚ ਰਿਸ਼ਵਤ ਲੈਣ ਦਾ ਦੋਸ਼ ਲੱਗਾ ਇਸ ਮਾਮਲੇ 'ਚ ਵਿਜੀਲੈਂਸ ਬਿਊਰੋ ਨੇ ਧਰਮਸੋਦ ਦੇ ਖਿਲਾਫ 6 ਜੂਨ ਨੂੰ ਮੋਹਾਲੀ ਦੇ ਵਿੱਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਸੀ ਜਿਸ ਮਗਰੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ 8736 ਅਧਿਆਪਕ ਹੋਣਗੇ ਪੱਕੇ ਵਿਰਾਸਤੇ ਖਾਲਸਾ ਵਿਖੇ 74 ਅਧਿਆਪਕਾਂ ਨੂੰ ਦਿੱਤੇ ਰਾਜ ਪੁਰਸਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿਰਾਸਤੇ ਖਾਲਸਾ ਵਿੱਚ ਪੂਜੇ ਉਤਾਂ ਨੇ 74 ਅਧਿਆਪਕਾਂ ਨੂੰ ਰਾਜ ਪੁਰਸਕਾਰ ਦੇਣਗੇ ਮੁੱਖ ਮੰਤਰੀ ਸਮਾਗਮ ਦੇ ਵਿੱਚ ਡੇਢ ਘੰਟਾ ਦੇਰੀ ਨਾਲ ਪੁੱਜੇ ਮੁੱਖ ਮੰਤਰੀ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿੱਤ ਮੰਤਰੀ ਹਰਪਾਲ ਚੀਮਾ ਰਾਜ ਸਭਾ ਮੈਂਬਰ ਰਾਗਵ ਛੱਡਾ ਹਰਪਾਦਨ ਸਿੰਘ ਵਿਧਾਇਕ ਦਿਨੇਸ਼ ਛੱਡਾ ਤੇ ਸਮਾਗਮ ਵਿੱਚ ਪਹੁੰਚੇ ਪੁਲਿਸ ਦੇ ਵੱਲੋਂ ਹੱਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਚਾਪੇ-ਚਾਪੇ ਤੇ ਪੁਲਿਸ ਤਾਇਨਾਤ ਸੀ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕੱਚੇ ਅਧਿਆਪਕਾਂ ਨੂੰ ਵੱਡੇ ਤੋਹਫੇ ਦਿੱਤੇ ਉਹਨਾਂ ਨੇ ਕਿਹਾ ਦੀ ਪੰਜਾਬ ਦੇ 8736 ਕੱਚੇ ਅਧਿਆਪਕਾਂ ਨੂੰ ਪੱਕੇ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚੋਂ 5000 442 ਐਜੂਕੇਸ਼ਨ ਪ੍ਰੋਵਾਈਡਰ ਹਨ 1130 ਸਿੱਖਿਆ ਵਲੰਟੀਅਰ ਪੱਕੇ ਹੋਣਗੇ ਇੰਗਲੈਂਡ ਚ ਸਿੱਖ ਪ੍ਰਚਾਰਕ ਤੇ ਹਮਲਾ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ 62 ਸਾਲਾ ਸਿੱਖ ਪ੍ਰਚਾਰ ਹਸਪਤਾਲ ਦੇ ਵਿੱਚ ਦਾਖਲ ਹੈ ਜੀ ਮਾਂਚੈਸਟਰ ਚ ਹਿਲਟਨ ਸਟਰੀਟ ਦੇ ਨੇੜੇ ਕਣਪਛਾਤੇ ਵਿਅਕਤੀ ਦੁਆਰਾ ਪੀੜਤ ਉਤੇ ਹਮਲਾ ਕਰ ਦਿੱਤਾ ਗਿਆ ਜੀ ਘਟਨਾ ਤੋਂ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪੀੜਤ ਨੂੰ ਬੇਹੋਸ਼ ਕਰਕੇ ਮੌਕੇ ਤੋਂ ਭੱਜ ਗਿਆ ਝੂਲਾ ਡਿੱਗਣ ਦਾ ਮਾਮਲਾ ਮੇਲਾ ਯੋਜਕਾਂ ਖਿਲਾਫ ਐਫ ਆਈ ਆਰ ਦਰਜ ਪੰਜਾਬ ਦੇ ਮੋਹਾਲੀ ਜੁਆੰਤਵਰ ਰਾਤ ਨੂੰ ਇੱਕ ਝੂਲਾ ਚਾਣਕ ਪੰਜਾਬ ਫੁੱਟ ਦੀ ਉਚਾਈ ਤੋਂ ਡਿੱਗ ਪਿਆ ਜਿਸ ਦੇ ਵਿੱਚ 30 ਲੋਕ ਸਵਾਰ ਹਨ ਸਾਰਿਆਂ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ 13 ਲੋਕਾਂ ਦਾ ਗੰਭੀਰ ਜ਼ਖਮੀ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੇਲੇ ਦੇ ਮਾਲਕਾਂ ਤੇ ਯੋਜਕਾਂ ਖਿਲਾਫ ਐਫ ਆਈ ਆਰ ਦਰਜ ਕਰ ਲਿਆ ਜਿੰਦੇ ਵਿੱਚ ਧਾਰਾ 323 341 ਦੇ 337 ਸ਼ਾਮਲ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਚੂਲਾ ਸੰਚਾਲਕ ਆਪਣੇ ਸਾਥੀਆਂ ਦੇ ਨਾਲ ਚੂਲਾ ਛੱਡ ਕੇ ਫਰਾਰ ਹੋ ਗਿਆ ਦੀ ਜਾਣਕਾਰੀ ਫੇਜ਼ਾ ਅਠ ਥਾਣੇ ਦੇ ਇੰਚਾਰਜ ਨੇ ਦਿੱਤੀ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੀਜੀਆਈ ਦੇ ਹੈਰਾਨ ਕਰਨ ਵਾਲੇ ਤੱਥ। ਪੰਜਾਬ ਹਰਿਆਣਾ ਦੇ ਗੱਬਰਾਂ ਚ ਵਦੀ ਨਾ ਮਰਦੀ ਬਜ਼ੁਰਗਾਂ ਦੀ ਸੈਕਸ ਪ੍ਰਤੀ ਵਦੀ ਰੁਚੀ। ਪੰਜਾਬ ਤੇ ਹਰਿਆਣਾ ਦੇ ਵਿੱਚ ਗਰਭਵਰੂਆਂ ਦੇ ਵਿੱਚ ਨਮਰਦੀ ਤੇਜ਼ੀ ਨਾਲ ਵਧ ਰਹੀ ਹੈ 20 ਸਾਲ ਦੀ ਉਮਰ ਤੱਕ ਦੇ ਨੌਜਵਾਨਾਂ ਵਿੱਚ ਵੀ ਨਮਰਦੀ ਦੇ ਲੱਛਣ ਪਾਏ ਗਏ ਨੇ 40 ਸਾਲ ਦੀ ਉਮਰ ਤੱਕ 40 ਫੀਸਦੀ ਨੌਜਵਾਨ ਨਮਰਦੀ ਜੂ ਚਲੇ ਜਾਂਦੇ ਨੇ ਸੈਕਸ ਸੁਧਾਉਣ ਵਾਲੀਆਂ ਦਵਾਈਆਂ ਦਾ ਕਾਰੋਬਾਰ ਤੇਜ਼ੀ ਨਾਲ ਵਧਿਆ ਅਪਰੋਖ ਤੱਥ ਪੀਜੀਆਈ ਵੱਲੋਂ ਵਿਸ਼ਵ ਸੈਕਸ ਹੈਲਥ ਡੇਸ ਦੇ ਮੌਕੇ ਤੇ ਜਾਰੀ ਕੀਤੇ ਗਏ ਅਨ ਅਧਿਕਾਰ ਤੰਕੜਿਆਂ ਵਿੱਚ ਦੱਸੇ ਗਏ ਨੇ ਪੀਜੀਆਈ ਦੇ ਯੂਰੋਲੋਜੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਇੰਟਰਨੈਟ ਹੁਣ ਸੈਕਸ ਰੋਗਾਂ ਤੇ ਕਮਜ਼ੋਰੀ ਦਾ ਵੱਡਾ ਕਾਰਨ ਬਣਨ ਦਾ ਜਾ ਰਿਹਾ ਜੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵੀ ਸੈਕਸ ਪ੍ਰਤੀ ਰੁਚੀ ਬਦਲਨੀ ਸ਼ੁਰੂ ਹੋ ਗਈ ਹੈ ਲੋਕ ਇਸ ਗੱਲ ਨੂੰ ਲੈ ਕੇ ਪੰਬਲਪੂਸੇ ਚੁੱਨੇ ਕਿ ਆਪਣੀ ਸੈਕਸ ਸਮੱਸਿਆ ਦਾ ਪਤਾ ਮੈਡੀਕਲ ਸਾਇੰਸ ਦੇ ਕਿਸੇ ਸਾਈਕੋਲੋਜਿਸਟ ਤੋਂ ਕਰਵਾ ਸਕਦੇ ਨੇ ਜਾਂ ਨਹੀਂ ਪਰ ਇਹ ਹਕੀਕਤ ਹੈ ਕਿ ਦੇਸ਼ ਦੇ ਵਿੱਚ ਜਿਹਾ ਕੋਈ ਕੱਤਾ ਜਾਇਜ਼ ਨਹੀਂ ਇਹ ਨੁਕਤਾ ਦਿੱਤਾ ਹੈ ਸੈਕਸ਼ੁਅਲਿਸਟ ਨੇ ਜਾਂ ਆਪਣੀਆਂ ਦੁਕਾਨਾਂ ਚਲਾਉਣ ਵਾਲੇ ਨੀ ਗਮ ਹਕੀਮਾਂ ਦੇ ਜਾਲ ਵਿੱਚ ਫਸੇ ਮਰੀਜ਼ਾਂ ਨੂੰ ਯੂਰੋਲੋਜਿਸਟ ਦੀ ਸਲਾਹ ਲੈ ਕੇ ਆਪਣਾ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ। ਔਰਤ ਮਰੀਜ਼ਾਂ ਨੂੰ ਗਾਇਨੋਲੋਜਿਸਟ ਦੀ ਸਲਾਹ ਲੈਣੀ ਚਾਹੀਦੀ ਹੈ। ਇਹ ਦੋਵੇਂ ਡਾਕਟਰ ਹੀ ਕਿਤੇ ਵਿਸ਼ੇ ਪੱਧਰ ਤੇ ਡਾਕਟਰ ਦ੍ਰਿਸ਼ਟੀਕੋਣ ਤੋਂ ਮਾਨਤਾ ਪ੍ਰਾਪਤ ਨੇ। ਹਰ ਸਾਲ ਪੰਜਾਬ ਅਤੇ ਹਰਿਆਣਾ ਤੋਂ 50 ਹਜ਼ਾਰ ਦੇ ਕਰੀਬ ਮਰੀਜ਼ ਸੈਕਸ ਰੋਗਾਂ ਦੇ ਇਲਾਜ ਲਈ ਆਉਂਦੇ ਨੇ। ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੂਬੇ ਦੇ ਵਿੱਚ 103 ਨੋਡਲ ਸ਼ਿਕਾਇਤ ਕੇਂਦਰ ਸਥਾਪਿਤ ਟੋਲ ਫਰੀ ਨੰਬਰ 1912 ਤੇ ਕਰਵਾਓ ਸ਼ਿਕਾਇਤ ਦਰਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਪਾਇਦਾਾਰਤਾ ਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਵਚਨਬੱਧਤਾ ਦੀ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਹਰਪੰਦਰ ਸਿੰਘ ਈਟੀਓ ਨੇ ਦੱਸਿਆ ਕਿ ਪੰਜਾਬ ਦੇ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੂਬੇ ਭਾਰਤ ਦੇ ਇੱਕ ਵਿੱਚ 103 ਨੋਡਲ ਸ਼ਿਕਾਇਤ ਕੇਂਦਰ ਸਥਾਪਿਤ ਕੀਤੇ ਨੇ ਜਿसे ਟੋਲ ਖਪਤਕਾਰ ਟੋਲ ਫ੍ਰੀ ਨੰਬਰ 1912 ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਟੋਲ ਫ੍ਰੀ ਨੰਬਰ 1912 ਦੀ ਪ੍ਰਣਾਲੀ ਦੀ ਸਮੀਖਿਆ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸੂਬੇ ਭਾਰਤ ਤੋਂ ਲਗਭਗ 99 ਲੱਖ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਦੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਜੀ ਪੀ ਐਸ ਪੀ ਸੀ ਐਲ ਕੋਲੇ ਬਿਜਲੀ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤਾਂ ਠੀਕ ਕਰਨ ਵਾਸਤੇ 9000 ਤੋਂ ਵੱਧ ਸਮਰਪਿਤ ਕਰਮਚਾਰੀ ਤੇ ਅਧਿਕਾਰੀ ਨੇ ਉਹ 24 ਘੰਟੇ ਸ਼ਿਫਟਾਂ 'ਚ ਕੰਮ ਕਰਦੇ ਨੇ ਜੋ ਕਿ 500 ਸਬ ਡਿਵੀਜ਼ਨਾਂ ਦਫ਼ਤਰਾਂ ਦੇ ਵਿੱਚ ਵੰਡੇ ਹੋਏ ਨੇ ਬਿਜਲੀ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਂਦਾ ਹੈ। ਵੱਡੀ ਖਬਰ ਹੈ ਜੀ ਸੰਸਦ ਮੈਂਬਰ ਰਾਗਵ ਚੱਡਾ ਹਰਸ਼ਦੀਪ ਦੇ ਹੱਕ 'ਚੋਂ ਨਤਰ ਟਵੀਟ ਕਰਕੇ ਕਹੀ ਵੱਡੀ ਗੱਲ 23 ਸਾਲਾ ਅਰਸ਼ਦੀਪ ਨੂੰ ਜਿਸ ਤਰ੍ਹਾਂ ਨਫ਼ਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਗਲਤ ਟਵੀਟ ਕਰਦਾ ਕਿਹਾ ਕਿ ਸਾਨੂੰ ਨੌਜਵਾਨ ਦਾ ਸਾਥ ਦੇਣਾ ਚਾਹੀਦਾ ਅਰਸ਼ਦੀਪ ਇੱਕ ਸ਼ਾਨਦਾਰ ਪ੍ਰਤਿਭਾ ਹੈ ਆਉਣ ਵਾਲੇ ਸਾਲਾਂ ਦੇ ਵਿੱਚ ਭਾਰਤੀ ਗੇਂਦਬਾਜ਼ ਦੀ ਗਵਾਈ ਕਰੇਗਾ ਕੋਈ ਨਫ਼ਰਤ ਉਸ ਨੂੰ ਹੇਠਾਂ ਨਹੀਂ ਖਿੱਚ ਖੱਕ ਦੀ ਉਸ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਦੇ ਵਿੱਚ ਇਨੋਵੇਸ਼ਨ ਮਿਸ਼ਨ ਪੰਜਾਬ ਦਾ ਕੀਤਾ ਉਦਘਾਟਨ ਨੌਜਵਾਨ ਪੀੜੀ ਨੂੰ ਲੈ ਕੇ ਆਖੀਆਂ ਵੱਡੀਆਂ ਗੱਲਾਂ ਇਸ ਮੌਕੇ ਉਹਨਾਂ ਦੇ ਨਾਲ ਸੈਰਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੀ ਵਿਸ਼ੇਸ਼ ਤੌਰ ਤੇ ਮਦੂਦਸਾਂ ਨੇ ਇਸ ਮੌਕੇ ਆਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜੀ ਚੰਗੀ ਊਰਜਾ ਦਾ ਸਰੋਤ ਹੈ ਜੇਕਰ ਨੌਜਵਾਨ ਪੀੜੀ ਦੀ ਊਰਜਾ ਤੇ ਸੋਚ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਦੇਸ਼ ਉੱਚੀਆਂ ਬਲੰਦੀਆਂ ਨੂੰ ਛੂਹ ਸਕਦਾ ਹੈ ਮਾਨ ਨੇ ਕਿਹਾ ਕਿ ਸਾਡੇ ਦੇਸ਼ ਦੇ ਬਹੁਤ ਸਾਰੇ ਡਾਕਟਰ ਅਜਿਹੇ ਨੇ ਜੋ ਯੂਕਰੇਨ ਤੋਂ ਪੜਾਈ ਪੂਰੀ ਕਰਕੇ ਆਏ ਨੇ ਇਸ ਦਾ ਕਾਰਨ ਹੈ ਕਿ ਸਾਡੇ ਇੱਥੇ ਕੋਟੇ ਸਿਸਟਮ ਦੇ ਆਧਾਰ ਤੇ ਵਿਦਿਆਰਥੀਆਂ ਦੇ ਭਰਤੀ ਕੀਤੀ ਜਾਂਦੀ ਹੈ ਬੱਚਿਆਂ ਦੇ ਮਾਪਿਆਂ ਅਨੁਸਾਰ ਇੱਥੇ ਡਾਕਟਰ ਦੀ ਪੜ੍ਹਾਈ ਦਾ ਖਰਚਾ 3 ਕਰੋੜ ਰੁਪਏ ਤੱਕ ਹੁੰਦਾ ਹੈ ਜਦ ਕਿ ਯੂਕਰੇਨ ਦੇ ਵਿੱਚ ਪੜ੍ਹਾਈ 30 ਲੱਖ ਚੋਂ ਹੋ ਜਾਂਦੀ ਹੈ ਮਾਨ ਨੇ ਕਿਹਾ ਕਿ ਪੰਜਾਬ ਬਹੁਤ ਮਿਹਨਤੀ ਕੌਮ ਹੈ ਵਦੇਸ਼ਾਂ ਦੇ ਵਿੱਚ ਜਾ ਕੇ ਬਹੁਤ ਸਾਰੇ ਪੰਜਾਬੀਆਂ ਨੇ ਮਿਹਨਤ ਕਰਕੇ ਆਪਣਾ ਨਾਂ ਕਾਇਮ ਕੀਤਾ ਜੇਕਰ ਪੰਜਾਬੀਆਂ ਨੂੰ ਉਹੀ ਮਿਹਨਤ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਪੰਜਾਬ ਦੇ ਵਿੱਚ ਬਹੁਤ ਵਧੀਆ ਹੋਵੇਗਾ ਉਹਨਾਂ ਨੇ ਕਿਹਾ ਜੀ ਨੌਜਵਾਨ ਪੀੜ੍ਹੀ ਦੇ ਸੁਪਨਿਆਂ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ ਚਾਹੇ ਉਹ ਸਿਆਸਤ ਦਾ ਹੋਵੇ ਜਾਂ ਮੰਤਰੀਪਦਨ ਦਾ ਜਾਂ ਫਿਰ ਕੁਝ ਹੋਰ ਦਾ ਕਰਨ ਦਾ ਡੇਰਾ ਬਿਆਸ ਦੀ ਘਟਨਾ ਤੇ ਬੋਲੇ ਡੀਜੀਪੀ ਅਰਪਿਤ ਸ਼ੁਕਲਾ ਲੋਕਾਂ ਨੂੰ ਕੀਤੀ ਅਪੀਲ ਡੇਰਾ ਬਿਆਸ ਦੇ ਸਮਰਥਕਾਂ ਤੇ ਨਿਹੰਗਾਂ ਵਿਚਾਲੇ ਵਾਪਰੀ ਘਟਨਾ ਤੇ ਡੀਜੀਪੀ ਲਾ ਐਂਡ ਆਊਟਰ ਅਰਪਿਤ ਸ਼ੁਕਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਜੇ ਅੰਮ੍ਰਿਤਸਰ ਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਬਿਆਸ ਘਟਨਾ ਦੀ ਜਾਂਚ ਚੱਲ ਰਹੀ ਆ ਕਿਸੇ ਦੋਚੀ ਨੂੰ ਬਖਸ਼ਿਆ ਨਹੀਂ ਜਾਵੇਗਾ ਦੋਵਾਂ ਤਿਰਾਂ ਨਾਲ ਗੱਲਬਾਤ ਕੀਤੀ ਗਈ ਹੈ ਦੋਵੇਂ ਤਰ੍ਹਾਂ ਇੱਕ ਦੂਜੇ ਤੇ ਇਲਜ਼ਾਮ ਲਾ ਰਹੀਆਂ ਨੇ ਦੋਵੇਂ ਤਰ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਜਾਂਚ ਕਰਨ ਉਪਰੰਤ ਹੀ ਜੋ ਜਾਇਜ਼ ਕਾਨੂੰਨੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਦੇ ਨਾਲ ਐਸਐਸਪੀ ਸੁਵਪਨ ਸ਼ਰਮਾ ਵੀ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਕੱਲ ਹੋਈ ਝੜਪ ਦੌਰਾਨ ਸਭ ਤੋਂ ਪਹਿਲਾਂ ਪੁਲਿਸ ਨੇ ਮੁਸਤੈਦੀ ਵਿਖਾਉਂਦੇ ਹੋਏ ਦੋਵਾਂ ਤਿਰਾਂ ਨੂੰ ਕਾਬੂ ਦੋਵਾਂ ਤਰ੍ਹਾਂ ਨੂੰ ਵੱਖ ਕੀਤਾ ਸੀ ਤੇ ਮਾਮਲਾ ਸ਼ਾਂਤ ਕਰਵਾਇਆ ਗਿਆ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਸ ਮਾਮਲੇ 'ਚ ਬਹੁਤ ਸਾਰੇ ਲੋਕਾਂ ਦੇ ਬਿਆਨ ਲਿਖੇ ਗਏ ਨੇ ਬਿਆਨਾਂ ਦੇ ਆਧਾਰ 'ਤੇ ਜਾਂਚ ਕੀਤੀ ਜਾਵੇਗੀ ਜ਼ਮੀਨ ਦਾ ਮਾਮਲਾ ਹੈ ਡੇਰਾ ਸਮਰਥਕਾਂ ਵੱਲੋਂ ਕਿਹਾ ਜਾ ਰਿਹਾ ਕਿ ਪਹਿਲਾਂ ਨਿਹੰਗ ਸਿੰਘ گاؤں ਲੈ ਕੇ ਉਹਨਾਂ ਦੀ ਜ਼ਮੀਨ ਵਾਲਾ ਹੈ ਜਦ ਕਿ ਨਿਆਂੰਗਾ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਨਾਲ ਕਿਓਟ ਮਾਰਕ ਕੀਤੀ ਗਈ ਇਸ ਤੋਂ ਬਾਅਦ ਇਹ ਸਾਰੀ ਕਾਂਡ ਵਾਪਰ ਗਿਆ ਬਿਆਸ ਤੇ ਉਹ ਨਿਹੰਗ ਸਿੰਘਾਂ ਤੇ ਡੇਰਾ ਬਿਆਸ ਦੇ ਪੈਰੋਕਾਰਾਂ ਵਿਚਾਲੇ ਝੜਪ ਹੁਣ ਤੱਕ ਕੁਝ ਵੀ ਪਤਾ ਨਹੀਂ ਲੱਗਾ ਪਰ ਸਥਿਤੀ ਤੇ ਕਾਬੂ ਪਾਲਿਆ ਗਿਆ ਹੈ। ਚਾਚਮਦੀਚ ਨਿਹੰਗ ਬਾਲਮ ਸਿੰਘ ਨੇ ਦੱਸਿਆ ਕਿ ਪਹਿਲਾਂ ਅਸੀਂ ਰਾਤਾ ਸੌਮੀਆਂ ਦੇ ਡੇਰੇ ਵੱਲੋਂ ਆਪਣੇ ਡੇਰੇ ਵੱਲ ਗਾਈਆਂ ਲੈ ਕੇ ਆਏ ਸੀ ਗਾਈਆਂ ਨੂੰ ਅਸੀਂ ਆਪਣੀ 100 ਏਕੜ ਜ਼ਮੀਨ ਵਿੱਚ ਛੱਡਿਆ ਅਸੀਂ ਆ ਕੇ ਰਗੜੇ ਪਏ ਮਗਰ ਉਹ ਆ ਗਏ ਤੇ ਰਗੜੇ ਉੱਪਰ ਬੈਠੇ ਬੰਦਿਆਂ ਨੂੰ ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਹਮਲਾਵਾਰਾਂ ਦੇ ਕੋਲੇ ਹਥਿਆਰ ਸਨ ਪਰ ਉੱਥੇ ਮੌਜੂਦ ਰਹਿਣ ਤੱਕ ਹਥਿਆਰ ਨਹੀਂ ਚੁਲਾਏ ਜਿਸ ਦਾ ਬਾਅਦ ਵਿੱਚ ਪਤਾ ਲੱਗਾ ਉਹਨਾਂ ਨੇ ਕਿਹਾ ਜੀ ਜ਼ਖਮਿਆਂ ਦੇ ਉੱਪਰ ਦਾਤਰਾਂ ਦੇ ਨਾਲ ਵਾਰ ਕੀਤੇ ਗਏ ਨੇ ਟੋਲ ਪਲਾਦੇ ਨੂੰ ਲੈ ਕੇ ਦਲਬੀਰ ਗੋਲਡੀ ਨੇ ਭਗਵੰਤ ਮਾਨ ਸਰਕਾਰ ਨੂੰ ਕਰਿਆ ਸੰਗਰੂਰ ਦੇ ਵਿੱਚ ਟੋਲ ਪਲਾਦੇ ਨੂੰ ਲੈ ਕੇ ਤੂਰੀ ਦੇ ਸਾਹਕਵਦਾ ਇੱਕ ਦਲਬੀਰ ਗੋਲਡੀ ਨੇ ਚੰਡੀਗੜ੍ਹ ਵਿੱਚ ਪ੍ਰੈਸ ਵਾਰਤਾ ਕੀਤੀ ਇਸ ਮੌਕੇ ਗੋਲਡੀ ਨੇ ਟੋਲ ਪਲਾਦੇ ਨੂੰ ਲੈ ਕੇ ਮਾਨ ਨੂੰ ਕਿਹਾ ਉਹਨਾਂ ਨੇ ਕਿਹਾ ਜੀ ਮੁੱਖ ਮੰਤਰੀ ਵੱਲੋਂ ਸੰਗਰੂਰ ਤੋਂ ਟੋਲ ਪਲਾਦੇ ਨੂੰ ਬੰਦ ਕਰਨ ਦਾ ਐਲਾਨ ਆਪਣੇ ਆਪ ਵਿੱਚ ਡਰਾਮੇਬਾਜ਼ੀਆ ਕਿਉਂਕਿ ਟੋਲ ਪਲਾਜ਼ੇ ਰਾਤ 12 ਵਜੇ ਬੰਦ ਹੋ ਜਾਣਾ ਸੀ ਕਿਉਂਕਿ ਉਸ ਦੀ ਮਿਆਦ 4 ਸਤੰਬਰ ਨੂੰ ਖਤਮ ਹੋ ਜਾਣੀ ਸੀ ਉਹਨਾਂ ਨੇ ਕਿਹਾ ਕਿ ਟੋਲ ਪਲਾਜ਼ਾ ਖلاف ਉਹਨਾਂ ਨੇ ਤਿੰਨ ਸਰਕਾਰਾਂ ਦੀ ਲੜਾਈ ਲੜੀ ਟੋਲ ਪਲਾਜ਼ਾ ਵਾਲਿਆਂ ਨੇ ਮੇਰੇ ਉੱਪਰ ਕੇਸ ਕੀਤਾ ਜਿਸ ਤੋਂ 35 ਲੱਖ ਰੁਪਏ ਹਰ ਮਹੀਨੇ ਹਰਜਾਨੇ ਦੀ ਮੰਗ ਕਰ ਰਹੇ ਨੇ ਸੂਬਾ ਸਰਕਾਰ ਦੇ ਵਕੀਲ ਉਸ ਕੇਸ ਨੂੰ ਲੜ ਰਹੇ ਨੇ ਕਿਉਂਕਿ ਮੈਂ ਟੋਲ ਪਲਾਜ਼ੇ ਦੇ ਸਮਾਂਤਰ ਲੋਕਾਂ ਦੇ ਨਾਲ ਮਿਲ ਕੇ ਇੱਕ ਸੜਕ ਬਣਾਈ ਸੀ ਜਿਸ ਤੋਂ ਲੋਕ ਲੰਘਦੇ ਸਨ ਉਹਨਾਂ ਨੇ ਕਿਹਾ ਜੀ ਭਗਵੰਤ ਮਾਨ ਨੂੰ ਪਤਾ ਸੀ ਕਿ ਰਾਤ ਨੂੰ ਟੋਲ ਪਲਾਜ਼ਾ ਬੰਦ ਹੋ ਜਾਵੇਗਾ ਪਰੰਤੂ ਉਹਨਾਂ ਨੇ ਪਹਿਲਾਂ ਹੀ ਡਰਾਮਾ ਕੀਤਾ 골ਡੀ ਦਾ ਕਹਿਣਾ ਕਿ ਸਿਆਸੀ ਡਰਾਮੇ ਦਾ ਪ੍ਰਮੁੱਖ ਕਾਰਨ ਸਿਰਫ ਹਿਮਾਚਲ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਨੇ 2 ਦਿਨ ਪਹਿਲਾਂ ਪੀਜੀਆਈ ਚੋਂ ਦਾਖਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਸੰਬੰਧੀ ਪੀਜੀਆਈ ਦੇ ਵੱਲੋਂ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਜੀ ਵਿਸ਼ੇਸ਼ ਟੀਮ ਉਹਨਾਂ ਦੀ ਸਿਹਤ ਤੇ ਨਜ਼ਰ ਰੱਖ ਰਹੀ ਹੈ ਜੀ ਹਾਲਤ ਹਾਲੇ ਤੱਕ ਸਥਿਰ ਬਣੀ ਹੋਈ ਹੈ ਜੀ ਇਸ ਸੰਬੰਧੀ ਪੀਜੀਆਈ ਵੱਲੋਂ ਇੱਕ ਸਪੈਸ਼ਲ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਜੀ ਹਾਲਤ ਸਥਿਰ ਹੈ ਉਹਨਾਂ ਨੂੰ ਮਿਆਦੀ ਬੁਖਾਰ ਹੋਣ ਤੋਂ ਬਾਅਦ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਪਹਿਲਾਂ ਕਰੋਨਾ ਸੀ ਪਰ ਹੁਣ ਉਹ ਠੀਕ ਨੇ ਜੈਜੀ ਵੀ ਨੇ ਪੰਜਾਬੀ ਇੰਡਸਟਰੀ ਚ 29 ਸਾਲ ਕੀਤੇ ਪੂਰੇ ਗਾਇਕ ਨੇ ਪਹਿਲੀ ਐਲਬਮ ਦਾ ਪੋਸਟਰ ਕੀਤਾ ਸ਼ੇਰ ਜੈਜੀ ਨੇ ਆਪਣੀ ਗਾਇਕੀ ਦੇ ਨਾਲ ਪੰਜਾਬੀਆਂ ਦੇ ਦਿਲਾਂ ਤੇ ਵੱਖਰੀ ਪਛਾਣ ਬਣਾਈ ਹੈ ਗੀਤ ਦਾ ਗਾਇਕ ਦਾ ਨਵਾਂ ਗੀਤ ਕੁਝ ਮਿੰਟਾਂ ਚ ਵਾਇਰਲ ਹੋ ਜਾਂਦਾ ਹਾਲ ਚੁ ਜੱਜੀ ਵੀ ਨੇ ਇੰਸਟਾਗ੍ਰam ਰਾਹੀਂ ਇੱਕ ਪੋਸਟ ਸਾਂਝੀ ਕੀਤੀ ਪੋਸਟਰ ਗਾਇਕ ਨੇ ਇੰਡਸਟਰੀ ਚ 29 ਸਾਲ ਪੂਰੇ ਹੋਣ ਦੀ ਖੁਸ਼ੀ ਚ ਸਾਂਝੀ ਕੀਤੀ ਉਹਨਾਂ ਦੀ ਪਹਿਲੀ ਐਲਬਮ ਜੋ ਕਿ 1993 ਚ ਰਿਲੀਜ਼ ਹੋਈ ਸੀ ਇਸ ਦੇ ਨਾਲ ਹੀ ਉਹਨਾਂ ਨੇ ਕੈਪਸ਼ਨ ਚ ਲਿਖਿਆ ਕਿ ਮੇਰੇ ਸੰਗੀਤਕ ਸਫ਼ਰ ਦਾ ਪਹਿਲਾ ਪੋਸਟਰ 1993 ਪੰਜਾਬ ਦੇ ਸਰਕਾਰੀ ਸਕੂਲਾਂ ਚੋਂ ਪੜਨ ਵਾਲੇ ਬੱਚਿਆਂ ਲਈ ਅਹਿਮ ਖਬਰ ਹੈ ਜੀ ਸਰਕਾਰੀ ਮਿਡਲ ਅਤੇ ਸ੍ਰਖਾਈ ਸੈਕੰਡਰੀ ਸਕੂਲਾਂ 'ਚ 6ਵੀਂ ਤੋਂ 10ਵੀਂ ਤੱਕ ਸਮਾਜਿਕ ਤੇ ਅੰਗਰੇਜ਼ੀ ਵਿਸ਼ਿਆਂ ਨਾਲ ਸੰਬੰਧਿਤ ਮੇਲੇ ਲਾਏ ਜਾਣਗੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਸਵਿੰਦਰ ਗੌਰ ਨੇ ਦੱਸਿਆ ਕਿ 5 ਤੋਂ 9 ਸਤੰਬਰ ਤੱਕ ਲੁਧਿਆਣਾ ਦੇ 533 ਸਰਕਾਰੀ ਮਿਡਲ ਹਾਈਜ਼ ਤੇ ਸੈਕੰਡਰੀ ਸਕੂਲਾਂ ਤੇ ਅਧਿਆਪਕਾਂ ਦੇ ਬੱਚਿਆਂ ਵੱਲੋਂ 6ਵੀਂ ਤੋਂ 10ਵੀਂ ਤੱਕ ਅੰਗਰੇਜ਼ੀ ਸਮਾਜਿਕ ਵਿਗਿਆਨ ਵਿਸ਼ਿਆਂ ਨਾਲ ਸੰਬੰਧਿਤ ਲਾਏ ਜਾਣ ਵਾਲੇ ਸਿੱਖਿਆ ਮੇਲੇ 'ਚ ਵੱਖ-ਵੱਖ ਮਾਡਲ ਤਿਆਰ ਕਰਕੇ ਪ੍ਰਦਰਸ਼ਨੀ ਲਾਈ ਜਾਵੇਗੀ। ਇਨ੍ਹਾਂ ਮੇਲਿਆਂ ਦਾ ਪ੍ਰਬੰਧ ਤੇ ਸੰਚਾਲਨ ਅਧਿਆਪਕਾਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਵੇਗਾ। ਲਵਪ੍ਰੀਤ ਸੁਸਾਇਡ ਕੇਸ ਦੇ ਨਾਲ ਵੱਡੀ ਖਬਰ ਬਿਆਨਤਕਾਰ ਦੀ ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਬਿਆਨਤਕਾਰ ਦੀ ਮਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਕੇਸ ਦੇ ਵਿੱਚ 420 306 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਲਵਪ੍ਰੀਤ ਨੇ ਖੁਦਕੁਸ਼ੀ ਕਰ ਲਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਬਹੁਤ ਹਾਈ ਲੈਵਲ ਤੇ ਪਹੁੰਚ ਗਿਆ ਸੀ ਲਵਪ੍ਰੀਤ ਦਾ ਬਿਆਨਤਕਾਰ ਨਾਲ 2019 ਚ ਵਿਆਹ ਹੋਇਆ ਸੀ ਇਸ ਤੋਂ ਬਾਅਦ ਉਹ ਕੈਨੇਡਾ ਚਲੀ ਗਈ ਫਿਰ ਉਸ ਨੇ ਲਵਪ੍ਰੀਤ ਦਾ ਫੋਨ ਚੱਕਣਾ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਲਵਪ੍ਰੀਤ ਪਰੇਸ਼ਾਨੀ ਚ ਆ ਕੇ ਖੁਦਕੁਸ਼ੀ ਕਰ ਲਿਆ ਅਗਲੀ ਕਾਰਵਾਈ ਜਾਂਚ ਦੇ ਅਧਿਕਾਰ ਦੇ ਕੀਤੀ ਜਾਵੇਗੀ ਲਾਭਪ੍ਰੀਤ ਰੋ ਫਲਾਡੀ ਦੇ ਚਾਚੇ ਹਰਵਿੰਦਰ ਨੇ ਤਰਾਜ਼ ਜ਼ਾਹਰ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਬਹੁਤ ਸਮਾਂ ਲਾ ਰਹੀ ਹੈ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਨਹੀਂ ਕੱਢਣੇ ਪੈਣਗੇ ਹਾਈ ਕੋਰਟ ਦੇ ਗੇੜੇ ਪੰਜਾਬ ਪੁਲਿਸ ਦੇ ਕਾਫੀ ਅਧਿਕਾਰੀ ਹਰ ਰੋਜ਼ ਚੰਡੀਗੜ੍ਹ ਸਥਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣਾ ਪੈਂਦਾ ਉਹਨਾਂ ਨੂੰ ਉੱਚ ਅਦਾਲਤ ਵਿੱਚ ਚੱਲ ਰਹੀ ਆਪੋ ਆਪਣੇ ਕੇਸਾਂ ਦੀ ਸੁਣਵਾਈ ਨਾਲ ਸੰਬੰਧਿਤ ਵੇਰਵੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਮੌਜੂਦ ਲਾਭਸਰਾ ਨੂੰ ਦੱਸਨੇ ਹੁੰਦੇ ਨੇ ਪਰ ਹੁਣ ਪੰਜਾਬ ਪੁਲਿਸ ਦੇ ਡੀਜੀਪੀ ਨੇ ਤਾਜ਼ਾ ਹੁਕਮ ਜਾਰੀ ਕਰਦੇ ਹੋਏ ਅਧਿਕਾਰੀਆਂ ਦੀ ਹਾਈ ਕੋਰਟ ਪੁੱਜਣ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਜੀ ਪੁਲਿਸ ਵਿਭਾਗ ਵੱਲੋਂ ਆਪਣੇ ਪੈਰਾਂ ਸਿਰਪੈਣ ਵਾਲੇ ਫालतू ਖਰਚੇ ਤੋਂ ਬਚ ਗਿਆ ਜੀ ਉਹਨਾਂ ਨੇ ਕਿਹਾ ਕਿ ਪੰਜਾਬ ਚ 900 ਪੁਲਿਸ ਅਧਿਕਾਰੀ ਹਾਈ ਕੋਰਟ ਰੋਜ਼ਾਨਾ ਜਾਂਦੇ ਨੇ ਜੀ ਜਦਕਿ ਬਹੁਤ ਫੌਜਦਾਰੀ ਮਾਮਲੇ ਚ ਪੁਲਿਸ ਤੇ ਜਾਂਚ ਅਧਿਕਾਰੀਆਂ ਨੂੰ ਅਦਾਲਤ ਚ ਪੇਸ਼ ਹੋਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਬਠਿੰਡਾ ਜ਼ਿਲ੍ਹੇ ਚ ਬੰਦ ਖਤਰਨਾਕ ਗੈਂਗਸਟਰ ਸਾਰਜ ਸੰਧੂ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ ਪੁਲਿਸ ਨੂੰ ਪਾਈਆਂ ਪਾਜੜਾਂ ਮੋਬਾਈਲ ਦੀ ਵਰਤੋਂ ਰੁਕੰਦਾ ਨਾ ਨਹੀਂ ਲਾ ਰਹੀ ਜੀ ਭਾਵੇਂ ਕਿ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਜੇਲ੍ਹਾਂ ਨੂੰ ਨਸ਼ਾ ਤੇ ਮੋਬਾਈਲ ਮੁਕਤ ਬਣਾਉਣ ਲਈ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਹੁਣ ਹਕੀਕਤ ਹੋਰ ਹੈ ਜੀ ਹਵਾਲਾਤੀ ਤੇ ਕੈਦੀ ਮੋਬਾਈਲ ਵਰਤ ਰਹੇ ਨੇ ਬੀਤੇ ਦਿਨੀ ਕੇਂਦਰੀ ਜੇਲ੍ਹ ਚ ਬੰਦ ਹਵਾਲਾਤੀ ਗੈਂਗਸਟਰ ਸਾਰਜ ਸੰਧੂ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਤੇ ਫੋਟੋਆਂ ਅਪਲੋਡ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਜੇਲ੍ਹ ਸੁਪਰੀਡੈਂਟ ਵੱਲੋਂ ਠਾਣਾ ਕੈਂਟ ਨੂੰ ਸ਼ਿਕਾਇਤ ਦਰਜ ਕਰਕੇ ਉਕਤ ਮੁਲਾਜ਼ਮ ਖਿਲਾਫ ਕਾਰਵਾਈ ਕਰਨ ਲਈ ਕਿਹਾ ਗਿਆ ਦੱਸਦੀ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਸੂਬੇ ਦੀ ਹਾਈ ਸਕਿਉਰਿਟੀ ਜੇਲਾਂ ਦੇ ਵਿੱਚੋਂ ਇੱਕਾ ਪਰ ਇਥੋਂ ਮੋਬਾਈਲ ਅਤੇ ਨਸ਼ਾ ਮਿਲਣ ਦੇ ਮਾਮਲੇ ਦਰਜਾਨਾ ਹੀ ਸਾਹਮਣੇ ਆਉਂਦੇ ਰਹਿੰਦੇ ਨੇ ਕਾਦੋਂ ਮੁਕੇਗੀ ਪੰਜਾਬੀਆਂ ਲਈ ਕੈਨੇਡਾ ਦੇ ਹਵਾਈ ਸਫ਼ਰ ਬਾਬਤ ਖੱਜਲ ਖਵਾਰੀ ਗੁਮਟਾਲਾ 2 ਸਤੰਬਰ ਨੂੰ ਜਰਮਨੀ ਦੀ 에ਅਰਲਾਈਨ ਲੁਫਤਾਨਸਾ ਦੇ ਪਾਇਲਟ ਦੀ ਹੜਤਾਲ ਕਰਨ ਉਸ ਦੀ ਦੁਨੀਆ ਪਾਰ ਚ ਉਡਾਨਾਂ ਰਾਧ ਨੇ ਲੁਫਤਾਨਸਾ ਨੇ ਜਰਮਨੀ ਦੇ ਸ਼ਹਿਰ ਫ੍ਰੈਂਕਫਰਟ ਅਤੇ ਮਿਊਨਿਕ ਸਥਿਤ ਆਪਣੇ ਹੱਬ ਤੋਂ ਲਗਭਗ 800 ਉਡਾਨਾਂ ਰੱਦ ਕਰ ਦਿੱਤੀਆਂ ਨੇ ਤੇ 1,30,000 ਯਾਤਰੀ ਪ੍ਰਭਾਵਿਤ ਹੋਏ ਨੇ ਦਿੱਲੀ ਤੋਂ ਵੀ ਲੁਫਤਾਂਸਾ ਦੀ ਫ੍ਰੈਂਕਫਰਟ ਅਤੇ ਨਿਊ ਮਿਊਨਿਕ ਜਰਮਨੀ ਦੀਆਂ ਉਡਾਨਾਂ ਕਾਰਨਕ ਉਡਾਨਾਂ ਰੱਦ ਹੋਣ ਕਰਕੇ 700 ਯਾਤਰੀ ਪ੍ਰਭਾਵਿਤ ਹੋਏ ਨੇ ਅਗਲੀ ਵੱਡੀ ਖਬਰ ਹੈ ਜੀ 9 ਸਤੰਬਰ ਨੂੰ ਬੰਦ ਰਹਿਣਗੇ ਸਰਕਾਰੀ ਦਫ਼ਤਰ ਅਤੇ ਵਿਧਕਦਾਰੇ ਪੰਜਾਬ ਦੇ ਜ਼ਿਲ੍ਹੇ ਜਲੰਧਰ ਤੋਂ ਸਿੱਧ ਬਾਬਾ ਸੋਡਲ ਦੇ ਮੇਲੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੂਹ ਸਰਕਾਰੀ ਦਫ਼ਤਰਾਂ ਕਾਲਜਾਂ ਨੂੰ 9 ਸਤੰਬਰ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਸਰਕਾਰ ਅਧੀਨ ਆਉਂਦੇ ਸਰਕਾਰੀ ਦਫ਼ਤਰਾਂ 'ਚ ਹੋਵੇਗੀ ਜਦਕਿ ਕੇਂਦਰ ਸਰਕਾਰ ਅਧੀਨ ਆਉਂਦੇ ਸਾਰੇ ਦਫ਼ਤਰਾਂ 'ਚ ਕੰਮਕਾਜ ਆਮ ਵਾਂਗ ਹੋਵੇਗਾ ਸੀਐਮ ਭਗਵੰਤ ਮਾਨ ਵੱਲੋਂ ਕਾਲਜਾਂ ਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਵੱਡੇ ਤੋਹਫੇ ਦਿੱਤੇ ਗਏ ਹਨ ਉਹਨਾਂ ਨੇ ਸੱਤਵਾਂ ਸੋਧਿਆ ਹੋਇਆ ਤਨਖਾਹ ਕਮਿਸ਼ਨ ਸਕੇਲ ਲਾਗੂ ਕਰ ਦਿੱਤਾ ਜੀ ਮੁੱਖ ਮੰਤਰੀ ਨੇ ਅਧਿਆਪਕਾਂ ਦੀਆਂ ਪੁਰਾਣੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਨੇ ਇਸ ਤੋਂ ਇਲਾਵਾ ਗੈਸਟ ਫੈਕਲਟੀ ਰੱਖਣ ਦੀ ਪ੍ਰਵਾਨਗੀ ਦਿੱਤੀ ਹੈ ਜੀ ਸਰਕਾਰ ਨੇ ਕੰਮ ਕਰਦਾ ਗੈਸਟ ਆਫ ਫੈਕਲਟੀ ਦੀ ਤਨਖਾਹ ਵੀ ਵਧਾ ਦਿੱਤੀ ਹੈ ਅਧਿਆਪਕਾਂ ਨੂੰ ਹੋਏਗਾ 2000 ਤੋਂ ਲੈ ਕੇ 45000 ਤੱਕ ਦਾ ਫਾਇਦਾ ਕਿਸਾਨ ਮਿਲਿਆ ਚੁਕਣਕ ਦੀ ਕਿਸਮ ਪੀਵੀਡਬਲਯੂ 886 ਦਾ ਦਿੱਤਾ ਜਾਵੇਗਾ ਬੀਜ ਖਾਸੀਅਤ ਜਾਣਨ ਲਈ ਚੈਨਲ ਦੇ ਪਾਈ ਸ਼ਾਰਟ ਵੀਡੀਓ ਚੈੱਕ ਕਰੋ ਕੇਂਦਰੀ ਮੰਤਰੀ ਨਿਤਨ ਗੜਕਰੀ ਨਾਲ ਮੀਟਿੰਗ ਲਈ ਪਹੁੰਚ ਕੈਬਨਿਟ ਮੰਤਰੀ ਧਾਲੀਵਾਲ ਚੰਦੂ ਮਾਜਰਾ ਤੇ ਰਵਨਨੀਤ ਬਿੱਟੂ ਟਰਾਂਸਪੋਰਟ ਮੰਤਰੀ ਨਿਤਨ ਗੜਕਰੀ ਨਾਲ ਮੀਟਿੰਗ 'ਚ ਸ਼ਾਮਲ ਹੋਣਗੇ ਇਸ ਮੀਟਿੰਗ ਨਾਲ ਉਹ ਪੰਜਾਬ ਦੀਆਂ ਸੜਕਾਂ ਦੇ ਪਿੰਡਾਂ ਦੇ ਵਿਕਾਸ ਬਾਰੇ ਚਰਚਾ ਕਰਨਗੇ ਮੁੱਖ ਮੰਤਰੀ ਜੀ ਅਧਿਆਪਕਾਂ ਨੂੰ ਨੀਵਾਂ ਨਾ ਸਮਝੋ ਪ੍ਰਤਾਪ ਸਿੰਘ ਬਾਜਬਾ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਜੀ ਬਿਗ ਬ੍ਰੇਕਿੰਗ ਨਿਊਜ਼ ਜਿਹਨੂੰ ਕਹਿੰਦੇ ਨੇ ਸੋ ਭਾਰਤੀ ਖਿਡਾਰੀ ਅਰਸ਼ਦੀਪ ਸਿੰਘ ਨੂੰ ਕਲਿਸਤਾਨੀ ਕਹਿ ਜਾਣ ਤੇ ਪੜਕੇ ਪੰਜਾਬ ਦੇ ਆਗੂ ਕਰਿਕਟਰ ਦੇ ਸਮਰਥਨ ਵਿੱਚ ਆਏ ਦਿੱਗਜ ਨੇਤਾ ਤੈਂਦਿਲਿਆਂ ਦੇ ਕਿਸਾਨਾਂ ਨੇ ਘੇਰਿਆ ਮੋਗਾ ਥਾਣਾ ਲੁਧਿਆਣਾ ਫਿਰੋਜ਼ਪੁਰ ਹਾਈਵੇ ਦੋਵਾਂ ਪਾਸਿਓਂ ਕੀਤਾ ਗਿਆ ਜਾਮ ਸੋ ਬੜੀ ਖਬਰ ਹੈ ਜੀ ਸੋਮਵਾਰ ਨੂੰ ਥਾਣਾ ਸਿੜੀ ਦੇ ਗੇਟ ਅੱਗੇ ਧਰਨਾ ਲਾ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਲੁਧਿਆਣਾ ਫਿਰੋਜ਼ਪੁਰ ਹਾਈਵੇ ਦੋਨੋਂ ਪਾਸਿਆਂ ਤੋਂ ਹਾਈਵੇ ਨੂੰ ਜਾਮ ਕਰ ਦਿੱਤਾ ਤਰਨਾਕਾਰੇ ਕਿਸਾਨਾਂ ਦਾ ਦੋਸ਼ ਹੈ ਕਿ ਪੀੜਤ ਪਰਮੇਂਦਰ ਸਿੰਘ ਦੇ ਘਰ ਆ ਕੇ ਕਥਿਤ ਗੁੰਡਾਗਰਦੀ ਕਰਨ ਵਾਲੇ ਅਨਸਰਾਂ ਵਿਰੁੱਧ 452 ਦਾ ਮਾਮਲਾ ਦਰਜ ਕਰਨ ਦੀ ਬਜਾਏ ਮਾਮਲੇ ਨੂੰ ਦੁਬਾਰਾ ਦੁਬਾਰਾ ਕਰ ਦਿੱਤਾ ਗਿਆ ਹੈ ਸੁਖਬੀਰ ਬਾਦਲ ਕ੍ਰਿਕਟਰ ਹਰਸ਼ਦੀਪ ਦੇ ਹੱਕ ਵਿੱਚ ਆਇਆ ਤੇ ਆਈਫੋਨ 14 ਦੇ ਲਾਂਚ ਹੋਣ ਤੋਂ ਬਾਅਦ ਬੰਦ ਬੰਦ ਹੋ ਸਕਦੇ ਨੇ ਪ੍ਰਾਈ ਆਈਫੋਨ ਪੁਰਾਣੇ ਆਈਫੋਨ ਬੰਦ ਹੋ ਸਕਦੇ ਨੇ ਸੋ ਵੱਡੀ ਖਬਰ ਹੈ ਜੇ ਇੰਡੀਆ ਪਾਕਿਸਤਾਨ ਮੈਚ ਨੂੰ ਲੈ ਕੇ ਖੇਡ ਮੰਤਰੀ ਦੇ ਫੋਨ ਤੇ ਗੱਲ ਕਰਕੇ ਦਿੱਤਾ ਵੱਡਾ ਭਰੋਸਾ ਅੱਜ ਤੋਂ ਮਿਲੇਗੀ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਫਗਵਾੜਾ ਮੇਲ ਚੂ ਹੋਰ ਪ੍ਰਬੰਧ ਨਾ ਹੋਇਆ ਤਾਂ ਚਲਾਵੇਗੀ ਫਗਵਾੜਾ ਮੇਲ ਸਰਕਾਰ ਧੰਨਵਾਦ